ਇੱਕ ਵੈਬਸਾਈਟ ਹੈ ਸਟੂਡੈਂਟਸ, ਉਹਨੂੰ ਅਸੀਂ ਕਹਿੰਦੇ ਹਾਂ ਕੀ ਸੀਗਾ ਉਹਦਾ ਨਾਂ ਜੀ, ਕਿਸੇ ਸਟੂਡੈਂਟ ਨੂੰ ਪਤਾ ਹੋਏਗਾ, ਗੂਗਲ 'ਚ ਜਾ ਕੇ ਲਿਖਣਾ ਹੈ, ਉਸਦਾ ਨਾਂ ਹੈਗਾ ਜੇ ਮੈਨੂੰ ਹੁਣੇ ਯਾਦ ਆਉਂਦਾ ਮੈਂ ਦੱਸ ਦੇਣਾ, ਅਤੇ ਉਹਦੇ ਵਿੱਚ ਜਾਵਾਂਗੇ ਨਾ, ਕੋਈ ਵੀ ਲਫ਼ਜ਼ ਦੇਖਾਂਗੇ ਉਹ ਗਲਤੀਆਂ ਦੱਸ ਦਿੰਦੀ ਹੈ ਕਿ ਬਈ ਇੰਨੀਆਂ ਗਲਤੀਆਂ ਆਈਆਂ ਨੇ ਤੋ, ਸੋਰੀ ਉਹ ਸਵਾਲ, ਉਹ ਲਫ਼ਜ਼ ਕਿੰਨੀ ਵਾਰੀ ਪਾਸ ਹੋਏ ਕਿੰਨੀ ਵਾਰੀ ਵੇਰ ਹੋਏ, ਉਹ ਵੈਬਸਾਈਟ ਸਾਨੂੰ ਦੱਸ ਦਿੰਦੀ ਹੈ। ਮੈਨੂੰ ਹੁਣੇ ਯਾਦ ਆਉਂਦਾ ਅਤੇ ਮੈਂ ਤੁਹਾਨੂੰ ਦੱਸ ਦੇਣਾ, ਠੀਕ ਹੈ ਜੀ। ਚਲੋ ਅਸੀਂ ਗੁਰਪ੍ਰੀਤ ਸਾਹਿਬਾਂ ਨੂੰ ਮਜ਼ੀਦ ਪੁੱਛਾਂਗੇ। ਗੁਰਪ੍ਰੀਤ ਜੀ, ਤੁਸੀਂ ਕੁਝ ਐਕਸਪੀਰੀਅੰਸ ਆਪਣਾ ਪ੍ਰਾਈਵੇਟ ਦੇਣਾ ਚਾਹੋ ਤਾਂ ਵੈਲਕਮ। ਐਕਸਪੀਰੀਅੰਸ ਸਰ ਇਹਨਾਂ ਦਾ ਬਹੁਤ ਵਧੀਆ ਆ ਪੜ੍ਹਾਈ ਦੇ ਵਿੱਚ, ਚਲੋ ਨਾ ਜਿੱਦਾਂ ਵੀ ਰੂਲ ਰੈਗੂਲਰ ਅਤੇ ਕਾਫੀ ਉਹ ਆ ਵੀ ਹੋਰਨ ਨਹੀਂ ਮਾਰਨਾ, ਅਤੇ ਕਾਫੀ ਇਹਨਾਂ ਦੀ ਕਿਤਾਬ ਦੇ ਵਿੱਚ ਇੱਦਾਂ ਦੇ ਹੈਗੇ ਆ ਵੀ ਸਾਨੂੰ ਕਰਨੇ ਚਾਹੀਦੇ ਫੋਲੋ, ਅਤੇ ਵਧੀਆ ਆ ਸਰ। ਹਾਂਜੀ, ਐਕਸੀਡੈਂਟ ਹੋਵੇ ਸਾਰਿਆਂ ਦੀ ਹੈਲਪ ਕਰਨੀ ਜਿਹੜੀ ਵੀ ਹੈ ਨਾ, ਅਤੇ ਕਾਫੀ ਗੱਲਾਂ। ਹਾਂਜੀ, ਯਾਨੀ ਤੁਸੀਂ ਕਹਿ ਸਕਦੇ ਹੋ ਕਿ ਥਿਊਰੀ ਜਿਹੜੀ ਅਸੀਂ ਪੜ੍ਹਨੇ ਆ ਇਹ ਸਾਡੇ ਫਾਇਦੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ। ਹਾਂਜੀ ਸਰ ਜੀ, ਹਾਂਜੀ ਬਿਲਕੁਲ, ਮਾਸ਼ਾਅੱਲਾ ਬਿਲਕੁਲ। ਬਾਕੀ ਇਹ ਆ ਸਟੂਡੈਂਟ ਨੂੰ ਵੀ ਕਲਾਸਾਂ ਵੱਧ ਤੋਂ ਵੱਧ ਸਰ ਲਾਣ, ਕਲਾਸਾਂ ਜਿੰਨੀਆਂ ਲਾਣੀਆਂ ਨਾ ਉਹ ਫਾਇਦੇ ਦੀ ਆ, ਕਿਉਂਕਿ ਕਾਫੀ ਫਰਕ ਪੈਂਦਾ ਬੰਦੇ ਨੂੰ ਜ਼ਿਆਦਾ ਕਲਾਸਾਂ ਲਾਉਣ ਦਾ, ਤੇ ਇਹ ਨਾ ਸੋਚਣ ਵੀ ਇੱਕ, ਹਾਂਜੀ ਕਿ ਇੱਕ ਕਲਾਸ ਹੀ ਲਾਉਣੀ ਆ ਅਸੀਂ ਜਿੱਦਾਂ ਮਹੀਨਾ ਚਲੋ ਲੰਘ ਜਾਣਾ ਨਾ, ਇੱਦਾਂ ਨਹੀਂ, ਜਿੰਨਾ ਜ਼ਿਆਦਾ ਲਗਾਉਣਗੇ ਨਾ ਇੱਕ ਵਾਰੀ ਕਰਕੇ ਬਹੁਤ ਫਾਇਦਾ ਆ ਇਸ ਗੱਲ ਦਾ। ਕਲਾਸਾਂ ਜ਼ਿਆਦਾ ਲਾਉਣ ਨਾਲ, ਕਿਉਂਕਿ ਥੋੜ੍ਹਾ ਸਟੂਡੈਂਟ ਪੜ੍ਹਾਈ ਵੀ ਐਸੀ ਹੈ, ਔਰ ਦੂਸਰਾ ਤੁਹਾਡੇ ਜਿਹੜੀ ਬਹੁਤ ਜ਼ਿੰਦਾਬਾਦ ਚੀਜ਼ ਹੈ ਉਹ ਇਹ ਵੇ ਕਿ ਤੁਸੀਂ ਮੁਹੱਬਤ ਬੜੀ ਕਰਦੇ ਹੋ ਇਸ ਪੜ੍ਹਾਈ ਨਾਲ, ਆਪਣੇ ਟੀਚਰ ਨਾਲ ਔਰ ਆਪਣੇ ਲਾਇਸੈਂਸ ਨਾਲ। ਇਸ ਮੁਹੱਬਤ ਦੀ ਵਜ੍ਹਾ ਤੋਂ ਕੀ ਹੁੰਦਾ ਕਿ ਜੀ ਉਹ ਚੀਜ਼ਾਂ ਆਪੇ ਦਿਮਾਗ ਫੜਨਾ ਸ਼ੁਰੂ ਕਰ ਦਿੰਦਾ, ਦਿਮਾਗ 'ਚ ਬੈਠਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਇਸ ਵਾਸਤੇ ਜਿਸ ਤਰ੍ਹਾਂ ਭੈਣ ਵੀ ਦੱਸਦੇ ਨੇ, ਕਲਾਸਾਂ ਜ਼ਿਆਦਾ ਜ਼ਿਆਦਾ ਲਾਓ, ਰਿਵਾਈਜ਼ ਨਹੀਂ ਹੁੰਦਾ ਤਾਂ ਖੈਰ ਹੈ। ਸਟੂਡੈਂਟ ਨੇ ਕਮੈਂਟ 'ਚ ਦੱਸ ਦਿੱਤਾ ਜੀ ਚੇਰਕਾ ਕੁਇਜ਼ ਉਹਦਾ ਨਾਂ ਹੈ ਇਸ ਐਪ ਦਾ, ਬਹੁਤ ਸ਼ੁਕਰੀਆ ਕਮੈਂਟ 'ਚ ਉਹਨਾਂ ਦੱਸਿਆ। ਤੁਸੀਂ ਜਾਵੇਦ ਸਾਹਿਬ ਵੀ ਪੁੱਛ ਰਹੇ ਸੀ, ਅਗਰ ਤੁਸੀਂ ਗੂਗਲ 'ਤੇ ਜਾ ਕੇ ਲਿਖਦੇ ਹੋ ਨਾ ਚੇਰਕਾ ਕੁਇਜ਼, ਫਿਰ ਉਹਨਾਂ ਦੀ ਵੈਬਸਾਈਟ ਆ ਜਾਂਦੀ ਹੈ, ਔਰ ਉਹਨੂੰ ਕਲਿੱਕ ਕਰੋਗੇ ਅਤੇ ਉਹ ਇੱਕ ਪੱਟੀ ਦੇ ਦੇਣਗੇ ਸਰਚ ਵਾਲੇ, ਹੈ ਨਾ, ਜਿਵੇਂ ਗੂਗਲ ਦੀ ਪੱਟੀ ਹੁੰਦੀ, ਕਿਉਂਕਿ ਜਿਹੜਾ ਵੀ ਲਫ਼ਜ਼ ਲਿਖ ਕੇ ਉਹਨੂੰ ਓਕੇ ਕਰੋਗੇ ਉਹ ਦੱਸ ਦੇਗੀ ਵੈਬਸਾਈਟ ਕਿ ਬਈ ਇਹ ਲਫ਼ਜ਼ ਇੰਨੀ ਵਾਰੀ ਵੇਰ ਹੋਏ, ਇੰਨੀ ਵਾਰੀ ਫਾਲਸ ਹੋਏ, ਫਿਰ ਥੱਲੇ ਸਵਾਲ ਵੀ ਦੇਗੀ, ਗ੍ਰੀਨ ਗ੍ਰੀਨ ਸਵਾਲ ਦੇਗੀ ਜੇ ਕਿ ਕਿੱਥੇ ਵੇਰ ਹੋਏ ਲਫ਼ਜ਼, ਰੈਡ ਦੇ ਦੇਗੀ ਜਿੱਥੇ ਲਫ਼ਜ਼ ਫਾਲਸ ਹੋਏ। ਅਤੇ ਉਹ ਤੁਸੀਂ ਨਾ ਬੜੀ ਮਜ਼ੇ ਦੀ ਐਪ ਹੈ, ਤੁਸੀਂ ਇਹਦੇ 'ਚ ਉਹ ਆਪਣੇ ਲਫ਼ਜ਼ ਨੂੰ ਚੈੱਕ ਕਰਿਆ ਕਰੋ, ਇੱਕ ਤਾਂ ਗੇਮ ਜੀ ਬਣ ਜਾਂਦੀ ਹੈ, ਦੂਸਰਾ ਉਹ ਚੈੱਕ ਕਰਨ 'ਚ ਗੱਲ ਯਾਦ ਹੋ ਜਾਂਦੀ ਹੈ ਨਾ, ਚੇਅਰ ਕਰਕੇ ਇਸ ਨੇ ਸ਼ੋਅ ਕਰਤਾ। ਕਮੈਂਟ 'ਚ ਸਾਹਿਬ ਇੱਕ ਨੇ ਦੱਸਿਆ, ਬਹੁਤ ਸ਼ੁਕਰੀਆ ਉਹਨਾਂ ਦਾ। ਰਿਕਾਰਡ ਹੋ ਰਿਹਾ ਹੈ ਨਾ, ਅਲੀ ਸ਼ਹਿਜ਼ਾਦ ਸਾਡੇ ਪੁਰਾਣੇ ਦੋਸਤ ਨੇ, ਇਸ ਵਾਸਤੇ ਉਹਨਾਂ ਨੂੰ ਗੁਜ਼ਾਰਿਸ਼ ਕਰ ਲੈਂਦੇ ਹਾਂ। ਜੀ ਸਰ ਜੀ, ਕੋਈ ਮਸਲਾ ਨਹੀਂ, ਇਨਸ਼ਾ ਅੱਲਾਹ ਵਟਸਐਪ 'ਤੇ ਰਾਬਤਾ ਕਰੋ, ਮੈਂ ਇਹਦੇ ਬਾਰੇ ਜ਼ਰੂਰ ਹੈਲਪ ਕਰਨਾ ਹੈ। ਅਤੇ ਮੈਂ ਇਨ ਸ਼ਾਰਟ ਕਹਿ ਲੈਂਦਾ ਵਾਂ ਕਿ ਡੇਟ ਲੈਣ ਵਿੱਚ ਕੀ ਕਰਨਾ ਹੁੰਦਾ, ਸਟੂਡੈਂਟਸ ਇੱਕ ਆਟੋ ਸਕੂਲੇ ਦੇ ਜ਼ਰੀਏ ਲੈਂਦੇ ਹੋ, ਉਹ ਤਾਂ ਠੀਕ ਹੈ, ਉਹਨਾਂ ਪਹਿਲੇ ਪੁੱਛ ਲਓ ਕਿ ਹਾਂ ਬਈ ਤੁਹਾਡੇ ਕੋਲ ਡੇਟ ਅਵੇਲੇਬਲ ਹੈ, ਉਹ ਕਹਿਣਗੇ ਪਹਿਲੇ ਪੜ੍ਹ ਤਾਂ ਸਹੀ, ਉਹਨਾਂ ਨੂੰ ਕਹੋ ਕਿ ਹਾਂ ਮੈਂ ਅੱਧਾ ਪੜ੍ਹਿਆ ਹੋਇਆ ਕਾਫੀ ਸਾਰਾ, ਥੋੜ੍ਹਾ ਤੁਹਾਡੇ ਨਾਲ ਵੀ ਪੜ੍ਹਾਂਗਾ, ਲੇਕਿਨ ਮੈਨੂੰ ਮਹੀਨੇ ਇੱਕ ਦੇ ਵਿੱਚ ਮੇਰੀ ਤਿਆਰੀ ਹੋ ਜਾਣੀ, ਤੁਸੀਂ ਡੇਟ ਦੇ ਸਕਦੇ ਹੋ ਲੈ ਕੇ। ਜੇ ਉਹ ਕਹੇ ਕਿ ਹਾਂ ਹੋ ਜਾਏਗੀ ਤੁਹਾਡੀ ਡੇਟ 15-20 ਦਿਨ ਦੀ, ਤੁਸੀਂ ਲੈ ਕੇ ਦੇ ਸਕਦੇ ਹਾਂ, ਫਿਰ ਉੱਥੇ ਐਡਮਿਸ਼ਨ ਕਰਾ ਲਓ, ਨਹੀਂ ਤਾਂ ਨਾ ਕਰਾਓ, ਪੁੱਛ ਲਓ ਪਹਿਲਾਂ ਕਿਸੇ ਵੀ ਆਟੋ ਸਕੂਲ ਵਾਲੇ ਕੋਲੋਂ ਜੇ ਤੁਸੀਂ ਉਧਰੋਂ ਕਰਨੀ ਹੈ। ਜੇ ਤੁਸੀਂ ਮੋਟਰੀਜ਼ਾ ਸਿਓਨੇ ਦੇ ਜ਼ਰੀਏ ਕਰਨੀ ਹੈ ਤਾਂ ਉਹਦੇ ਦੋ ਤਰੀਕੇ ਨੇ, ਇੱਕ ਤਾਂ ਇਹ ਕਿ ਤੁਸੀਂ ਆਪੇ ਹੀ ਘਰ ਬੈਠ ਕੇ, ਅੱਜ ਕੱਲ੍ਹ ਆਨਲਾਈਨ ਹੀ ਦੇ ਰਹੇ ਨੇ ਉਹ ਕਰੋਨਾ ਕਰਕੇ, ਘਰ ਬੈਠ ਕੇ ਤੁਸੀਂ ਉਹਨਾਂ ਦੀ ਵੈਬਸਾਈਟ 'ਚ ਜਾ ਕੇ ਅਤੇ ਨੰਬਰ ਕੱਢ ਕੇ ਔਰ ਉਹਨਾਂ ਦੀ ਮੇਲ ਕੱਢ ਕੇ ਉਹਨਾਂ ਨੂੰ ਮੇਲ ਕਰੋ, ਫੋਨ ਕਰੋ, ਫੋਨ ਨਹੀਂ ਚੁੱਕਦੇ ਜ਼ਿਆਦਾਤਰ, ਮੇਲ ਦੇ ਜ਼ਰੀਏ ਜਵਾਬ ਦੇ ਦਿੰਦੇ ਨੇ। ਅਗਰ ਉਹ ਨਾ ਦੇਣ ਤਾਂ ਕੋਈ ਗੱਲ ਨਹੀਂ, ਤੁਸੀਂ 2-4 ਦਿਨ ਬਾਅਦ ਫਿਰ ਮੇਲ ਕਰੋ, ਫਿਰ ਮੇਲ ਕਰੋ, ਫਿਰ ਮੇਲ ਕਰੋ, ਆ ਜਾਏਗਾ ਜਵਾਬ। ਦੂਸਰਾ ਤਰੀਕਾ ਇਹ ਜਿਹੜਾ ਮੈਨੂੰ ਪਸੰਦ ਹੈ ਕਿ ਤੁਸੀਂ ਕਿਸੇ ਆਪਣੇ ਪਿੰਡ ਸ਼ਹਿਰ ਦੇ ਵਿੱਚ ਉੱਥੇ ਕਾਫ ਵਾਲੇ ਦਫ਼ਤਰ ਬਣਾਏ ਨੇ ਸਾਡੇ ਪਾਕਿਸਤਾਨੀ ਇੰਡੀਅਨ ਬਾਈਆਂ ਨੇ, 70-30 ਕਾਫ ਹੈ, ਅਤੇ ਉਹਨਾਂ ਦੇ ਕੋਲ ਜਾਓ, ਉਹਨਾਂ ਨੂੰ ਕਹੋ ਕਿ ਬਈ ਮੈਨੂੰ ਇਹ ਡੇਟ ਮੈਂ ਲੈਣੀ ਹੈ, ਅਤੇ ਮਤਲਬ ਮੇਰਾ ਇਹ ਸ਼ਹਿਰ ਹੈ, ਮੇਰਾ ਪ੍ਰੈਜ਼ੀਡੈਂਟ ਕੀਤਾ ਹੈ, ਅਤੇ ਉਹ ਜਨਾਬ ਤੁਹਾਨੂੰ ਲੈ ਦੇਣਗੇ। ਉਹਨਾਂ ਨੂੰ ਪਤਾ ਹੁੰਦਾ ਮੇਲ ਕਿੰਝ ਕਰਨੀ ਹੈ, ਕੀ ਕਰਨਾ, ਜਦ ਜਵਾਬ ਆਏਗਾ ਉਹ ਆਪੇ ਹੀ ਤੁਹਾਨੂੰ ਦੱਸ ਵੀ ਦੇਣਗੇ,
ਕਿ ਬਾਈ ਤੇਰਾ ਜਵਾਬ ਆ ਗਿਆ, 10-20 ਯੂਰੋ ਲੈਣਗੇ ਉਹ, ਹੈ ਨਾ, ਅਤੇ ਐਸਾ ਵੇ। ਅਤੇ ਬਾਕੀ ਸਾਡਾ ਵੀ ਕਾਫ ਵਾਲਾ ਆਫਿਸ ਹੈਗਾ ਬਲੋਨੀਆ ਵਿੱਚ, ਉਹਦਾ ਵੀ ਨੰਬਰ ਅਸੀਂ ਸ਼ੇਅਰ ਕਰ ਦਿੰਦੇ ਹਾਂ, ਮੈਂ ਆਪਣੇ ਸਟਾਫ ਨੂੰ ਵੀ ਕਰ ਦਿਆਂਗਾ, ਉਹ ਵੀ ਤੁਸਾਂ ਦੀ ਹੈਲਪ ਕਰਨਗੇ ਠੀਕ ਠਾਕ। ਠੀਕ ਹੈ ਜੀ, ਇਹ ਤਰੀਕਾਕਾਰ ਹੈ।